ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਾ ਰਹੇ ਹਾਂ ਜੀ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਅਤੇ ਸੰਗਤਾਂ ਦੀ ਅਸੀਸਾਂ ਨਾਲ ਖਾਲਸਾ ਸਾਜਨਾ ਦਿਵਸ ਜੋ ਕਿ 14 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਜੀ। ਅਸੀਂ ਜਾ ਰਹੇ ਹਾਂ ਗੋਆ ਮਹਾਰਾਸ਼ਟਰਾ ਵਿਖੇ, ਅਤੇ ਅਕਸਰ ਜਦੋਂ ਗੋਆ ਦਾ ਨਾਮ ਆਉਂਦਾ ਅਤੇ ਲੋਕ ਸਮਝਦੇ ਆ ਕਿ ਘੁੰਮਣ ਫਿਰਨ ਹੀ ਜਾ ਰਹੇ ਹਨ। ਅਤੇ ਮੈਂ ਦੱਸਣਾ ਚਾਹਾਂਗਾ ਵੀ ਉੱਥੇ 3-4 ਗੁਰੂ ਘਰ ਨੇ ਅਤੇ ਜਿੱਥੇ ਸੰਗਤ ਬਹੁਤ ਪਿਆਰ ਵਾਲੀ ਹੁੰਦੀ ਹੈ, ਅਤੇ ਉਹ ਕੋਈ ਨਾ ਕੋਈ ਸਮਾਗਮ ਉੱਥੇ ਕਰਾਉਂਦੇ ਰਹਿੰਦੇ ਨੇ ਪ੍ਰਬੰਧਕ ਵੀਰ। ਸੋ ਉੱਥੇ ਜਾ ਰਹੇ ਹਾਂ ਜੀ ਖਾਲਸਾ ਸਾਜਨਾ ਦਿਵਸ 'ਤੇ, ਵਿਸਾਖੀ 'ਤੇ, ਅਤੇ ਬਾਕੀ ਦੀ ਅਪਡੇਟ ਤੁਹਾਨੂੰ ਦਿੰਦੇ ਜਾਵਾਂਗੇ। ਅਸੀਂ ਪਹਿਲਾਂ ਇੱਥੇ ਬਾਜ਼ਾਰ ਗਏ ਸੀ ਜਲੰਧਰ ਦੇ, ਬੈਗ ਐਕਸਚੇਂਜ ਕਰਨਾ ਸੀ ਅਸੀਂ। ਸੋ ਬੈਗ ਚੇਂਜ ਕਰਕੇ ਦਾਰਾ ਭਾਅ ਜੀ ਬੈਗ ਦਿਖਾਓ, ਹਾਂ ਨਹੀਂ ਮਾੜਾ ਜਿਹਾ ਉੱਦਾਂ ਹੀ ਅੱਗੇ ਕਰਕੇ ਦਿਖਾ ਦਿਓ। ਆਹ ਬੈਗ ਲਿਆ ਜੀ, ਸਾਡਾ ਪਹਿਲਾਂ ਬੈਗ ਖਰਾਬ ਹੋ ਗਿਆ ਸੀ, ਸੋ ਇਹ ਲਿਆ ਜੀ ਹੁਣ। ਅਤੇ ਉਸ ਤੋਂ ਬਾਅਦ ਅਸੀਂ ਥੋੜ੍ਹੀਆਂ ਜਿਹੀਆਂ ਜਲੇਬੀਆਂ ਲਈਆਂ, ਅਤੇ ਦਿਖਾਈਆਂ ਜ਼ਿਆਦਾ ਤੁਹਾਨੂੰ ਅਸੀਂ ਲਈਆਂ ਸੀ, ਪਾਈਆ ਹੀ ਹੈ ਕਿਉਂਕਿ ਮੈਨੂੰ ਕਈ ਵੀਰ ਕਹਿੰਦੇ ਹੁੰਦੇ ਆ ਭਾਈ ਸਾਹਿਬ ਤੁਹਾਡੇ ਵਿੱਚ ਨਾ ਫੂਡ ਵਗੈਰਾ ਜ਼ਰੂਰ ਦਿਖਾਇਆ ਕਰੋ। ਸੋ ਸਾਡਾ ਇਹ ਪੂਰਾ ਯਤਨ ਰਹੇਗਾ ਕਿ ਤੁਹਾਨੂੰ ਅਸੀਂ ਕੁਛ ਨਾ ਕੁਛ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਦਿਖਾਇਆ ਕਰੀਏ, ਭਾਵੇਂ ਅਸੀਂ ਖਾਈਏ ਜਾਂ ਨਾ ਖਾਈਏ ਉਹ ਗੱਲ ਅਲੱਗ ਹੈ, ਪਰ ਦਿਖਾਵਾਂਗੇ ਜ਼ਰੂਰ ਤੁਹਾਨੂੰ ਅਸੀਂ ਵੀ ਪੰਜਾਬ ਦੇ ਖਾਣੇ। ਅਤੇ ਬਾਕੀ ਦੀ ਅਪਡੇਟ ਤੁਹਾਨੂੰ ਫਿਰ ਦਿੰਦੇ ਹਾਂ ਜੀ। ਧੰਨਵਾਦ ਅਮਨ ਭਾਅ ਜੀ ਦੀ, ਅੱਜ ਫਿਰ ਡਿਊਟੀ ਲੱਗ ਗਈ ਹੈ। ਸੋ ਇੱਥੋਂ ਅਸੀਂ ਜਾਵਾਂਗੇ ਜੀ ਪਹਿਲਾਂ ਦਿੱਲੀ ਏਅਰਪੋਰਟ 'ਤੇ ਜਾਵਾਂਗੇ, ਅਤੇ ਉੱਥੇ ਹੀ ਅਸੀਂ ਕਾਰ ਪਾਰਕ ਕਰਕੇ ਅਤੇ ਉੱਥੇ ਫਲਾਈਟ ਲੈਣੀ ਹੈ ਜੀ। ਅੱਗੇ ਸਿੱਧਾ ਅਸੀਂ ਗੋਆ ਦੀ ਫਲਾਈਟ ਲਵਾਂਗੇ ਜੀ। ਬਾਕੀ ਅਪਡੇਟ ਤੁਹਾਨੂੰ ਰਾਹ 'ਚ ਅਸੀਂ ਸਾਰੀ ਦਿੰਦੇ ਜਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਿੱਲੀ ਏਅਰਪੋਰਟ 'ਤੇ ਪਹੁੰਚ ਗਏ ਹਾਂ ਜੀ, ਅਤੇ ਰਾਹ 'ਚ ਬਹੁਤਾ ਸਮਾਂ ਨਹੀਂ ਮਿਲਿਆ ਸਾਨੂੰ ਵਲੌਗ ਬਣਾਉਣ ਦਾ ਕਿਉਂਕਿ ਲਾਈਟ ਕਾਫੀ ਡਾਰਕ ਸੀ। ਸੋ ਮੈਂ ਸੋਚਿਆ ਕਿ ਤੁਹਾਨੂੰ ਦਿੱਲੀ ਏਅਰਪੋਰਟ ਤੋਂ ਹੀ ਵਲੌਗ ਸ਼ੁਰੂ ਕਰਦੇ ਹਾਂ। ਸੋ ਦਿੱਲੀ ਏਅਰਪੋਰਟ 'ਤੇ ਇਸ ਟਾਈਮ ਪਾਰਕਿੰਗ ਦੇ ਵਿੱਚ ਖੜ੍ਹੇ ਹਾਂ ਜੀ, ਦਾਰਾ ਭਾਅ ਜੀ ਤੁਹਾਨੂੰ ਨਜ਼ਰ ਆ ਰਹੇ ਹੈ, ਅਤੇ ਅਮਨ ਭਾਅ ਜੀ ਸਾਡੇ ਟਰੋਲੀ ਲੈਣ ਗਏ ਨੇ, ਅਤੇ ਜਿੱਦਾਂ ਹੀ ਉਹ ਆਉਂਦੇ ਆ ਅਤੇ ਆਪਾਂ ਸਮਾਨ ਰੱਖ ਕੇ ਅਤੇ ਫਿਰ ਏਅਰਪੋਰਟ ਦੇ ਅੰਦਰ ਦਾਖਲ ਹੋਵਾਂਗੇ ਜੀ। ਅਤੇ ਬਾਕੀ ਦੀ ਅਪਡੇਟ ਤੁਹਾਨੂੰ ਫਿਰ ਜਲਦੀ ਦੇਵਾਂਗੇ। ਨਾਲੋ ਨਾਲ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਅਮਨ ਭਾਅ ਜੀ ਆ ਗਏ ਨੇ ਟਰੋਲੀ ਲੈ ਕੇ। ਇੱਕੋ ਟਰੋਲੀ ਮਿਲੀ? ਅੱਛਾ ਅੱਛਾ, ਬਹੁਤ ਹੈ ਇੱਕ, ਚਲੋ ਰੱਖੋ ਸਮਾਨ ਅਤੇ ਅੰਦਰ ਦਾਖਲ ਹੋਈਏ। ਅਸੀਂ ਸੈਲਫੀ ਸਟਿੱਕ ਨਾਲ ਰੱਖ ਲਈ ਹੋਈ ਹੈ ਜੀ। ਆਓ ਸਾਹਮਣੇ ਹੈ ਜੀ ਏਅਰਪੋਰਟ ਦਾ ਜਿਹੜੀ ਐਂਟਰੈਂਸ ਹੈ। ਟਰੋਲੀ ਇੱਕੋ ਹੈ, ਸਮਾਨ ਥੋੜ੍ਹਾ ਜਿਹਾ ਜ਼ਿਆਦਾ ਹੈ ਅਤੇ ਇਹਨੂੰ ਐਡਜਸਟ ਕਰਨਾ ਪੈਣਾ। ਹੋ ਗਿਆ, ਚਲੋ
ਠੀਕ ਹੈ ਗੁੱਡ ਹੈ ਜਿਹੜੇ ਬੈਗ ਨਵੇਂ ਹੁੰਦੇ ਨਾ ਉਹਨਾਂ ਨੂੰ ਥੋੜਾ ਚੁੱਕਣ ਦਾ ਸ਼ੌਂਕ ਹੁੰਦਾ ਅੱਛਾ ਅੱਛਾ ਇਹਦਾ ਮਤਲਬ ਬੈਗ ਨਵਾਂ ਲਿਆ ਦੱਸ ਰਹੇ ਹੋ ਤੁਸੀਂ ਇਹ ਬੈਗ ਨਵਾਂ ਜੀ ਸਮਾਨ ਰੱਖ ਲਿਆ ਜੀ ਟਰਾਲੀਆਂ 'ਤੇ ਅਸੀਂ ਅਤੇ ਡਿਪਾਰਚਰ ਨੂੰ ਜਾ ਰਹੇ ਹਾਂ ਜੀ ਹੁਣ ਅਸੀਂ ਦਿੱਲੀ ਏਅਰਪੋਰਟ ਦੇ ਅੰਦਰ ਅਮਨ ਭਾਅ ਜੀ ਤੁਹਾਡਾ ਨਵਾਂ ਬੈਗ ਥੋੜ੍ਹਾ ਜਿਹਾ ਟੇਢਾ ਹੋ ਰਿਹਾ ਇਹਨੂੰ ਸਿੱਧਾ ਸਿੱਧਾ ਰੱਖੋ ਇਹ ਨਵਾਂ ਹੈ ਲਓ ਜੀ ਆ ਫਿਰ ਚੜ੍ਹਾਈਆਂ ਆ ਗਈਆਂ ਨੇ ਵੈਸੇ ਤੁਰਨ ਦੀ ਇੱਥੇ ਲੋੜ ਨਹੀਂ ਹੈ ਪਰ ਅਸੀਂ ਥੋੜ੍ਹੇ ਜਲਦੀ ਬੈਠੇ ਹਾਂ ਦਾਰਾ ਭਾਅ ਜੀ ਫਿਰ ਵੀ ਚੱਲ ਰਹੇ ਨੇ ਚਲੋ ਚਲੋ ਚਰਖੇ ਦਾ ਮੈਨੂੰ ਲੱਗਦਾ ਸਭ ਤੋਂ ਵੱਡਾ ਵਰਜਨ ਹੈ ਬੜਾ ਵੱਡਾ ਚਰਖਾ ਬਣਾਇਆ ਬਿਊਟੀਫੁਲ ਏਅਰਪੋਰਟ ਦਿੱਲੀ ਏਅਰਪੋਰਟ ਆਇਆ ਇਹਨੂੰ ਸਕਿਉਰਿਟੀ 'ਤੇ ਆ ਗਏ ਹਾਂ ਜੀ ਸਕਿਉਰਿਟੀ ਕਰਾ ਕੇ ਫਿਰ ਅੱਗੇ ਜਾਵਾਂਗੇ ਜੀ ਮਹਾਰਾਜ ਜੀ ਚੈੱਕ ਇਨ ਡਨ ਹੈ ਜੀ ਅੱਜ ਦੀ ਸਪੀਚ ਇਹ ਕਰਨਗੇ ਹਾਂਜੀ ਅਤੇ ਡਿਪਾਰਚਰ ਗੇਟ 'ਤੇ ਹੁਣ ਜਾ ਰਹੇ ਹਾਂ ਸਕਿਉਰਿਟੀ ਕਰੋਸ ਹੋ ਗਈ ਹੈ ਸਕਿਉਰਿਟੀ ਹਾਂਜੀ ਆਲ ਡਨ ਮੈਂ ਲੈਪਟੋਪ ਬੜੇ ਦੇਖੇ ਇੱਦਾਂ ਦਾ ਨਹੀਂ ਦੇਖਿਆ ਇਹ ਤਿੰਨ ਮੂੰਹ ਵਾਲਾ ਆਹ ਕਿੱਦਾਂ ਦਾ ਲੈਪਟੋਪ ਇਹ ਦੇਖਣਾ ਪੈਣਾ ਇਹ ਕਿੱਦਾਂ ਦਾ ਹੈ ਨਾ ਜਥੇ ਵਾਸਤੇ ਇੱਕੋ ਹੀ ਲੈਪਟੋਪ ਜਥੇ ਵਾਸਤੇ ਮਤਲਬ ਕੋਈ ਵੀ ਲੜਾਈ ਨਹੀਂ ਕਰ ਸਕਦਾ ਸਾਰੀਆਂ ਸਕਰੀਨਾਂ ਜਿੱਧਰ ਮਰਜ਼ੀ ਬਹਿ ਕੇ ਸਕਰੀਨ ਇੱਕੋ ਚੀਜ਼ ਤੋਂ ਲੜਾਈ ਹੋਣੀ ਕੀ ਪੈਡ ਇੱਕ ਆ ਸਕਰੀਨਾਂ ਤਿੰਨ ਨੇ ਉਹ ਮੈਂ ਚਲਾ ਲਾਂਗਾ ਕੀ ਪੈਡ ਇਹ ਵੀ ਗੱਲ ਠੀਕ ਹੈ ਮਹਾਰਾਜ ਸੋ ਲਓ ਜੀ ਰਾਡੋ ਘੜੀਆਂ ਇੱਥੇ ਨਹੀਂ ਜਾਣਾ ਆਪਾਂ ਇਹ ਤਾਂ ਸਾਰੇ ਪੈਸੇ ਇਕੱਠੇ ਕਰਕੇ ਵੀ ਕਰਾਂਗੇ ਨਾ ਤਾਂ ਵੀ ਘੜੀ ਨਹੀਂ ਆਉਣੀ ਆਪਣੇ ਕੋਲ ਰਾਹ ਦਿਓ ਇਹਨਾਂ ਨੂੰ ਹਾਂਜੀ ਭਾਅ ਜੀ ਹਾਂਜੀ ਮੈਂ ਕਹਿ ਰਿਹਾ ਸੀ ਆਪਾਂ ਨੂੰ ਕੁਛ ਛੱਕ ਲੈਣਾ ਚਾਹੀਦਾ ਕਿਉਂਕਿ ਭੁੱਖ ਨਹੀਂ ਲੱਗ ਰਹੀ ਇਹ ਵੀ ਚੰਗੀ ਗੱਲ ਨਹੀਂ ਹੁੰਦੀ ਹਾਂ ਕਿਸੇ ਵੇਲੇ ਇੱਦਾਂ ਹੁੰਦਾ ਤੁਹਾਡਾ ਸਵੇਰ ਠੀਕ ਹੁੰਦਾ ਅਸੀਂ ਸਵੇਰ ਦਾ ਬ੍ਰੇਕਫਾਸਟ ਕੀਤਾ ਜੀ ਅਤੇ ਉਸ ਤੋਂ ਬਾਅਦ ਜਲੇਬੀਆਂ ਖਾਧੀਆਂ ਥੋੜ੍ਹੀਆਂ ਜਿਹੀਆਂ ਦੋ ਉਸ ਤੋਂ ਬਾਅਦ ਭੁੱਖ ਹੀ ਨਹੀਂ ਲੱਗੀ ਅਤੇ ਇਸ ਟਾਈਮ ਵੱਜ ਗਏ ਆ ਜੀ 3:30 ਆਲਮੋਸਟ ਆਪਾਂ ਨੂੰ ਸਵੇਰ ਦੇ 10 ਘੰਟੇ ਹੋ ਗਏ ਆ ਕੁਛ ਨਾ ਖਾਂਦੇ ਜ਼ਿਆਦਾ ਹੀ ਹੋ ਗਏ ਜ਼ਿਆਦਾ ਸੋ ਕੁਛ ਖਾਵਾਂਗੇ ਤਾਂ ਭੁੱਖ ਲੱਗੇਗੀ ਐਟਲੀਸਟ ਹਾਂ 10-12 ਘੰਟੇ ਹੋ ਗਏ ਆ ਕੁਛ ਵੀ ਨਹੀਂ ਖਾਧਾ ਸਾਡੇ ਮੂੰਹ ਵੇਖ ਲਓ ਤੁਸੀਂ ਹੁਣ ਇਨਸਾਨ ਹਵਾ ਪਾਣੀ ਦੇ ਸਾਰੇ ਕਿੰਨਾ ਕੁ ਚੱਲ ਜੂਗਾ
ਸੋ ਹਵਾ ਪਾਣੀ ਦੇ ਸਹਾਰੇ ਤੁਰੇ ਫਿਰਦੇ ਆ, ਹਵਾ ਵੀ ਅੰਦਰ ਖਤਮ ਹੋ ਗਈ, ਹਵਾ ਵੀ ਹੁਣ ਖਤਮ ਹੋ ਗਈ ਆ, ਪਾਣੀ ਵੀ ਖਤਮ ਹੋ ਚੁੱਕਿਆ ਅਤੇ ਖੈਰ ਥੋੜ੍ਹਾ ਬਹੁਤਾ ਖਾ ਲਈਏ ਅਤੇ ਬਾਕੀ ਖਾਣ ਦੀ ਅਪਡੇਟ ਤੁਹਾਨੂੰ ਨਾਲ ਨਾਲ ਦਿੰਦੇ ਹਾਂ। ਕੁਛ ਵਧੀਆ ਜਿਹਾ ਖਾਂਦੇ ਹਾਂ, ਹੈਲਦੀ ਇੱਥੇ ਹੈਲਦੀ ਹਲਵਾਈ ਲੱਭਦੇ ਹਾਂ, ਕੋਈ ਹੈਲਦੀ ਹਲਵਾਈ ਲੱਭੋ ਕੋਈ। ਫੂਡ ਕੋਰਟ ਮੈਨੂੰ ਲੱਗਦਾ ਸਾਰੀਆਂ ਦੁਕਾਨਾਂ ਬੰਦ ਹੀ ਹੈ ਆਹ ਮੈਕਡੋਨਲਡ ਨੂੰ ਛੋੜ ਕੇ। ਮੈਨੂੰ ਲੱਗਦਾ ਆਵਾਂ ਜੀ, ਦੁਕਾਨਾਂ ਤਾਂ ਕਾਫੀ ਬੰਦ ਹੈ। ਹਾਂ ਨਹੀਂ ਅਸੀਂ ਜੋ ਅੱਧੀ ਰਾਤੀ ਗਾਹਕ ਪੈਣ ਨੂੰ ਪਏ ਹੋਏ ਹਾਂ, ਅਸੀਂ ਜੋ ਅੱਧੀ ਰਾਤੀ ਪਏ ਹੋਏ ਹਾਂ। ਮੈਨੂੰ ਲੱਗਦਾ ਕੋਸਟਾ ਵਾਲਿਆਂ ਦਾ ਕੁਛ ਮਿਲ ਜੂਗਾ। ਮੈਨੂੰ ਆਹ ਠੀਕ ਹੈ, ਗ੍ਰਿਲ ਵਿੱਚ ਬਤਾਉਂ ਬਤਾਉਂ ਜਿਹਾ ਹੋਣਾ ਮੈਨੂੰ ਲੱਗਦਾ, ਵੈਜੀਟੇਬਲ ਸੈਂਡਵਿਚ ਆਹ ਠੀਕ ਹੈ, ਪਨੀਰ ਟਿੱਕਾ ਚੱਲ ਜਾਵੇ, ਮੈਨੂੰ ਆਹ ਠੀਕ ਹੈ, ਆਹ ਚੀਜ਼ ਹੈ। ਲਓ ਜੀ ਖਾਣਾ ਹਾਜ਼ਰ ਹੈ, ਆਲਮੋਸਟ 10-12 ਘੰਟੇ ਬਾਅਦ। ਕਿੱਦਾਂ ਜੀ? ਅੱਛਾ ਅੱਜ ਜਾ ਰਿਹਾ ਅੰਦਰ, ਬੋਲ ਨਹੀਂ ਹੋ ਰਿਹਾ। ਭਾਅ ਜੀ ਮੇਰੀ ਕੌਫੀ ਹੈ, ਕੌਫੀ ਲਿਬੜ ਤੇ ਲਿਆ ਮਾਰੇ, ਇੱਥੋਂ ਲਿਬੜੀ ਹੈ। ਇਹ ਕੀ ਹੈ, ਬੰਬੇ ਸਟਾਈਲ? ਬੰਬੇ ਸਟਾਈਲ ਵੈਜ ਸੈਂਡਵਿਚ, ਖਾਣਾ ਆਪਾਂ ਇੰਡੀਅਨ ਸਟਾਈਲ 'ਚ ਹੀ ਹੈ। ਇਹ ਬੰਬੇ ਸਟਾਈਲ ਸੈਂਡਵਿਚ ਹੈ ਪਰ ਖਾਣਾ ਅਸੀਂ ਪੰਜਾਬੀ ਸਟਾਈਲ ਦੇ ਵਿੱਚ ਹੈ। ਜਾ ਰਹੇ ਹਾਂ ਜੀ ਆਪਣੇ ਗੇਟ ਨੂੰ। ਦਰਾ ਭਾਅ ਜੀ ਕਿਹੜਾ ਨੰਬਰ ਗੇਟ ਹੈ? 47 ਨੰਬਰ ਗੇਟ। ਇਹ ਸਾਰੇ ਯੋਗਾ ਕਰਦੇ ਪਏ ਜੀ, ਮੂੰਹ ਤੇ ਭਾਰ ਡਿੱਗਿਆ ਪਿਆ ਮੈਨੂੰ ਲੱਗਦਾ। ਦਿਨ ਦੇ 4:15 ਹੋ ਚੁੱਕੇ ਆ ਜੀ ਅਤੇ ਫਲਾਈਟ ਲੈ ਰਹੇ ਹਾਂ ਜੀ, ਸਵੇਰੇ 5 ਵਜੇ ਵਾਲੀ ਫਲਾਈਟ ਲੈ ਕੇ ਫਿਰ ਸਿੱਧਾ ਗੋਆ ਪਹੁੰਚ ਕੇ ਫਿਰ ਬਾਕੀ ਦੀ ਅਪਡੇਟ ਤੁਹਾਨੂੰ ਉੱਥੇ ਦੇਵਾਂਗੇ ਜੀ। ਸੋਰੀ ਜੀ, ਸਾਨੂੰ ਥੋੜ੍ਹੀ ਜਿਹੀ ਗਲਤੀ ਲੱਗ ਗਈ, ਗੇਟ ਨੰਬਰ 47 ਨਹੀਂ ਹੈ ਜੀ, 37 ਹੈ। ਅਮਨ ਜੀ ਸਾਨੂੰ ਨਹੀਂ ਲੱਗੀ, ਗੇਟ ਚੇਂਜ ਹੋਇਆ ਨਾ? ਹਾਂਜੀ ਉੱਥੇ ਜਾ ਕੇ ਪਤਾ ਲੱਗਾ, ਕਹਿੰਦੇ ਆ ਕਿ 3 ਵਾਰੀ ਅਨਾਊਂਸਮੈਂਟ ਹੋਈ ਆ ਪਰ ਵਿੱਚੋਂ ਇਹ ਵੀ ਕਹਿੰਦੇ ਆ ਕਿ ਇਹ ਸਾਇਲੈਂਟ ਏਅਰਪੋਰਟ ਆ, ਪਰ ਸਾਨੂੰ ਤਾਂ ਕੋਈ ਅਨਾਊਂਸਮੈਂਟ ਸੁਣੀ ਨਹੀਂ ਇਹੋ ਜੀ। ਇਹ ਤਾਂ ਨਹੀਂ ਹੋ ਸਕਦਾ ਕਿ ਆਪਾਂ ਤਿੰਨਾਂ ਗੋਲ ਮਿਲਾ ਕੇ, ਗਲਤੀ ਸਾਡੀ ਨਹੀਂ ਹੈ ਜੀ, ਅਸੀਂ ਨਹੀਂ ਮੰਨਦੇ ਅਤੇ 47 ਨੰਬਰ ਗੇਟ ਸੀ, ਗਲਤੀ ਨਹੀਂ ਮੰਨਦੇ ਤਾਂ ਵੀ ਅਸੀਂ 37 ਗੇਟ 'ਤੇ ਆ ਗਏ, ਫਿਰ ਵੀ ਅਸੀਂ ਜਾਣਾ ਹੀ ਹੈ, ਅਸੀਂ ਫਿਰ ਵੀ ਮਤਲਬ ਆਪਣੀ ਗਲਤੀ ਮੰਨ ਲਈ ਇਹਦੇ। ਹਾਂ ਅਸੀਂ ਆ ਗਏ ਹਾਂ ਜੀ ਇਹ 37 ਨੰਬਰ ਗੇਟ 'ਤੇ, ਹੁਣ ਅਸੀਂ ਅੰਦਰ ਚੱਲੇ ਹਾਂ ਜੀ। ਸੀਟ ਨੰਬਰ 16D। ਹਾਂ ਜੀ 16D ਸੀਟ ਮਿਲ ਗਈ ਹੈ ਜੀ 16D। ਵਿਮਾਨ ਮੇਂ ਇੰਧਨ ਡਾਲਨੇ ਕੀ ਪ੍ਰਕਿਰਿਆ ਜਾਰੀ ਹੈ, ਇਸ ਲਈ ਸਭੀ ਅਤਿਥੀਓਂ ਸੇ ਨਿਵੇਦਨ ਹੈ ਕਿ ਵੇ ਆਪਣੇ ਸਥਾਨ ਪਰ ਬੈਠੇ ਰਹੇਂ ਔਰ ਕੁਰਸੀ ਕੀ ਪੇਟੀ ਨਾ ਬਾਂਧੇ। ਆ ਗਏ ਹੋ, ਕੁਰਸੀ ਕੀ ਪੇਟੀ ਨਾ ਬਾਂਧੇ ਕਹਿੰਦੇ ਕਿ ਵਿਮਾਨ ਪਰ ਕੁਛ ਇਦਾਂ ਦਾ ਗਲਤੀ ਦਾ ਹੀ ਲੱਗਣੀ ਆਏ ਕੋਈ ਵੀ ਆਪਣੇ ਮੋਬਾਈਲ। ਮੈਂ ਹੀ ਸੋਚਦਾ ਪਿਆ ਸੀਗਾ, ਮੈਂ ਕਿਹਾ 4:45 ਦਾ ਟਾਈਮ ਆ ਸਵੇਰੇ ਸਵੇਰ ਦਾ, ਅਤੇ ਏਅਰਲਾਈਨ ਵਾਲਿਆਂ ਨੂੰ ਚਾਹੀਦਾ ਕੋਈ ਸ਼ਬਦ ਸ਼ੁਭ ਲਾਉਣੇ। ਸਵਾਸਾ ਆ ਗਿਆ ਤਾਂ ਆ ਕੀ ਸਵੇਰੇ ਗਾਣੇ ਲਾਏ ਹੋਏ ਇਹਨਾਂ ਨੇ, ਅੱਖ ਲੱਗਣ ਡੇ।
ਇਹਨਾਂ ਨੂੰ ਕੋਈ ਸਮਝਾਵੇ ਬੰਦਾ ਕਿ ਰੱਬ ਦਾ ਨਾਂ ਲੈ ਲਈਦਾ ਹੁੰਦਾ, ਸਵੇਰ ਸਵੇਰੇ ਐਡੀ ਉੱਚੀ ਗਾਣੇ ਲਾਏ ਕਨੇਡਾ ਦੇ ਹਿਸਾਬ ਨਾਲ ਚੱਲਣ ਦੇ ਰਾਤ ਦੇ ਗਾਣੇ ਲਾਏ ਆ, ਸਾਨੂੰ ਕਿਹੜਾ ਸਮਝ ਆ ਰਹੀ ਹੈ? ਮੈਂ ਪਤਾ ਕਹਿ ਰਿਹਾ ਹਾਂ ਹੈਗਾ 8 ਬੀਟਸ ਹੀ ਆ ਰਾਗ ਕਿਹੜਾ ਬਣਾਉਣ ਦੇ ਲਾਗੇ ਛਾਗੇ ਲੱਗਦਾ ਟਾਈਮ ਤਾਂ ਠੀਕ ਹੈ। ਅੱਛਾ ਪਰ ਇਸ ਰਾਗ ਸ਼ਬਦ ਚਾਹੀਦਾ ਸੀ ਉਸ ਵੇਲੇ, ਗਾਣੇ ਨਹੀਂ ਚਾਹੀਦੇ। ਚਲੋ ਕੋਈ ਨਹੀਂ, ਸਮਝਾ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨੂੰ। ਅੱਖਾਂ ਵੇਖੋ ਲਾਲ ਹੋਈ। ਚਲੋ ਸਰ ਗੁੱਡ ਨਾਈਟ ਹੈ। ਸਾਰੀ ਰਾਤ ਦਾ ਸਫ਼ਰ ਕਰਕੇ ਥਕਾਵਟ ਹੋ ਗਈ, ਗੋਆ ਪਹੁੰਚ ਗਏ ਹਾਂ। ਵੇਟਿੰਗ ਫੋਰ ਦਾ ਲਗੇਜ। ਸਮਾਨ ਆ ਗਿਆ ਜੀ, ਸਾਰੇ ਹਾਰਮੋਨੀਅਮ ਬੈਗ। ਗੋਆ ਏਅਰਪੋਰਟ 'ਤੇ ਪਹੁੰਚ ਗਏ ਹਾਂ ਜੀ, ਅਤੇ ਛੋਟਾ ਜਿਹਾ ਏਅਰਪੋਰਟ ਹੈ। ਬਾਕੀ ਦੀ ਅਪਡੇਟ ਤੁਹਾਨੂੰ ਸ਼ਹਿਰ ਦੀ ਦਿੰਦੇ ਜਾਵਾਂਗੇ ਜੀ, ਪੂਰੇ ਗੋਆ ਦੀ। ਧੰਨਵਾਦ।